ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਹਲਕੀ ਬਰਸਾਤ ਕਾਰਨ ਜਿੱਥੇ ਮੌਸਮ ਸੁਹਾਣਾ ਬਣ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉੱਥੇ ਹੀ ਇਸ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਤੇ ਗਮ ਦੇ ਬੱਦਲ ਛਾ ਗਏ ਨੇ, ਕਿਉਂਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਖਰਾਬ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਇੱਥੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਖੜੀ ਕਣਕ ਵਿਛ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲਗਭਗ 30-40% ਨੁਕਸਾਨ ਹੋ ਚੁੱਕਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਆਉਂਦੇ 2-3 ਦਿਨ ਤੱਕ ਮੌਸਮ ਅਜਿਹਾ ਹੀ ਰਿਹਾ ਤਾਂ ਉਹਨਾਂ ਦਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਤੇ ਨਾਲ ਹੀ ਪਟਿਆਲਾ ਦੇ ਸਰਹੰਦ ਰੋਡ ਦੀ ਅਨਾਜ ਮੰਡੀ 'ਚ ਕਣਕ ਲੈ ਕੇ ਆਏ ਕਿਸਾਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕ ਦੀਆਂ ਬੋਰੀਆਂ ਮੀਂਹ ਕਾਰਨ ਗਿੱਲੀਆਂ ਹੋ ਰਹੀਆਂ ਨੇ। ਜਿੱਥੇ ਕਿਸਾਨਾਂ ਤੇ ਕੁਦਰਤ ਦੀ ਮਾਰ ਪੈ ਰਹੀ ਹੈ, ਉੱਥੇ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। 30-40% ਦਾ ਨੁਕਸਾਨ ਹੋਇਆ ਜੀ। ਹਵਾ ਦੇ ਨਾਲ ਜੀ, ਬਾਰਿਸ਼ ਕਰਨ ਦੇ ਕਾਰਨ ਨਾਲ ਕਣਕ ਦਾ ਦਾਣਾ ਕਾਲਾ ਹੋ ਜਾਣਾ, ਹੌਲਾ ਪੈ ਜਾਣਾ, ਵਿੱਚ ਕਿਰਬੀ ਜਾਣਾ, ਜਦੋਂ ਬੱਲੀ ਗਿੱਲੀ ਹੋ ਗਈ ਇਹਨੇ ਬਾਅਦ 'ਚ ਧੁੱਪ ਲੱਗਣੀ ਸੁੱਕ ਕੇ ਕਰ ਜਾਣਾ ਨਾ, ਜ਼ਿਮੀਦਾਰ ਦਾ ਨੁਕਸਾਨ ਹੀ ਨੁਕਸਾਨ, ਦਾਣਾ ਕਰ ਜਾਣਾ। ਕਣਕ ਡਿੱਗੀ ਪਈ ਹੈ ਜਿਹੜੀ, ਇਹ ਕੰਪਾਈਨ ਨੇ ਚੱਕਣੀ ਨਹੀਂ ਗਈ, ਉਹ ਥੱਲੇ ਕਰ ਜਾਣੀ ਆ, ਤੇ ਜ਼ਿਮੀਦਾਰ ਦਾ ਨੁਕਸਾਨ ਹੀ ਨੁਕਸਾਨ। ਗਵਰਨਮੈਂਟ ਨੂੰ ਕੁਛ ਚਾਹੀਦਾ, ਇਸਦਾ ਬੋਨਸ ਦੇਵੇ ਜ਼ਿਮੀਦਾਰ ਨੂੰ, ਕੋਈ ਹੈਲਪ ਹੋਵੇ। ਇਹ ਦੇਖੋ, ਪਾਣੀ ਖੜ ਗਿਆ, ਉਹ ਸਾਰਾ ਮਿੱਟੀ ਅੰਦਰ ਆ ਰਹੀ ਆ, ਟੈਰਾਂ ਨਾਲ ਲੱਗ ਕੇ ਹੋ ਰਹਾ। ਵੀ ਇੰਤਜ਼ਾਮ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀਗਾ, ਔਰ ਪੀਣ ਵਾਲੇ ਪਾਣੀ ਦਾ ਇਹਨਾਂ ਦਾ ਕਮੇਟੀ ਵੱਲੋਂ ਕੋਈ ਪ੍ਰਬੰਧ ਨਹੀਂ ਹੈਗਾ ਰਿਹਾ। ਜੋ ਸਾਡੇ ਆੜ੍ਹਤੀ ਨੇ ਉਹਨਾਂ ਵੱਲੋਂ ਹੀ ਅਸੀਂ ਪੀ ਰਹੇ ਹਾਂ, ਉਹਨਾਂ ਦੇ ਦੁਕਾਨਾਂ ਦੇ ਵਿੱਚ ਹੀ ਬੰਦੇ ਪਿਆ ਰਹੇ ਨੇ, ਮਤਲਬ ਬਾਥਰੂਮਾਂ ਦਾ ਵੀ ਇਹਨਾਂ ਦੇ ਉੱਤੇ ਇੰਤਜ਼ਾਮ ਆ, ਕਮੇਟੀ ਦਾ ਕੋਈ ਇੰਤਜ਼ਾਮ ਨਹੀਂ ਹੈ ਇਹਦੇ ਵਿੱਚ।